Students, today we will discuss about the reference point and one-dimensional, two-dimensional and three-dimensional motion. So, सब तो पहले ऐसे गल करांगे reference point. असि जेड़े point तो के body दी position find कर रहे हैं, उन्हों कहने पर reference point. For example, के असि अपने घर तो school दा distance measure करना है, कहने हैं कि हाँ home तो school दा distance है जी 2 km. So, इत्थे ही school दी location find कर रहे हैं अपने home तो. अपना होम की होएगा reference point. ਹੁਣ ਇਹਦੇ ਵਿੱਚ ਵੀ ਐਗਜ਼ਾਮਪਲ ਆਪਾਂ ਲਈਏ ਇੱਕ ਲੈਟ ਅਸ ਅਸਿਊਮ ਦੈਟ ਅ ਸਕੂਲ ਇਨ ਅ ਵਿਲੇਜ ਇਜ਼ 2 km ਨੌਰਥ ਆਫ ਦਾ ਰੇਲਵੇ ਸਟੇਸ਼ਨ ਸੋ ਅਸੀਂ ਉਹਦੀ ਸਕੂਲ ਦੀ ਪੋਜੀਸ਼ਨ ਸਪੈਸੀਫਾਈ ਕਰਤੀ ਉਹਦੀ ਪੋਜੀਸ਼ਨ ਕਿੱਥੋਂ 2 km ਆ ਰੇਲਵੇ ਸਟੇਸ਼ਨ ਤੋਂ ਸੋ ਰੇਲਵੇ ਸਟੇਸ਼ਨ ਕੀ ਹੋ ਗਿਆ ਆਪਣਾ ਰੈਫਰੈਂਸ ਪੁਆਇੰਟ ਨੈਕਸਟ ਇਜ਼ ਵਨ ਡਿਮੈਂਸ਼ਨਲ ਮੋਸ਼ਨ ਦ ਮੋਸ਼ਨ ਆਫ ਅ ਬਾਡੀ ਇਜ਼ ਸੈਟ ਟੂ ਬੀ ਇਨ ਵਨ ਡਿਮੈਂਸ਼ਨ ਔਰ ਵਨ ਡਿਮੈਂਸ਼ਨਲ ਇਫ ਇਟ ਮੂਵਜ਼ ਅਲੋਂਗ ਅ ਸਟਰੇਟ ਲਾਈਨ ਦੇਖੋ ਕੋਈ ਵੀ ਬਾਡੀ ਆ ਜਿਹੜੀ ਸਟਰੇਟ ਲਾਈਨ ਦੇ ਲੌਂਗ ਮੂਵ ਕਰਦੀ ਆ ਉਹਨੂੰ ਉਹ ਮੋਸ਼ਨ ਨੂੰ ਆਪਾਂ ਕੀ ਕਰਾਂਗੇ ਕਿਹੜੀ ਮੋਸ਼ਨ ਹੈਗੀ ਆ ਵਨ ਡਿਮੈਂਸ਼ਨਲ ਹੁਣ ਇਹ ਇਹਦੇ ਵਿੱਚ ਇਹ ਓਬਜੈਕਟ ਦੀ ਜੇ ਪੋਜੀਸ਼ਨ ਫਾਈਂਡ ਕਰਨੀ ਹੈ ਤਾਂ ਸਾਨੂੰ ਇੱਕੋ ਪੋਜੀਸ਼ਨ ਕੋਆਰਡੀਨੇਟ ਚਾਹੀਦਾ ਆਪਾਂ ਐਕਸਿਸ ਕੀਤੇ ਹੋਣੇ ਐਕਸ ਐਕਸਿਸ ਵਾਈ ਐਕਸਿਸ ਜੈਡ ਐਕਸਿਸ ਸੋ ਇਹਦੇ ਵਿੱਚ ਬਾਡੀ ਜਾਂ ਐਕਸ ਐਕਸਿਸ ਦਾ ਲੌਂਗ ਮੂਵ ਕਰੇਗੀ ਜਾਂ ਵਾਈ ਦੇ ਲੌਂਗ ਜਾਂ ਜੈਡ ਦੇ ਲੌਂਗ ਸੋ ਇਹਦੀ ਐਗਜ਼ਾਮਪਲ ਹੈਗੇ ਆ ਆ ਦੇਖੋ ਓਨਲੀ ਵਨ ਪੋਜੀਸ਼ਨ ਕੋਆਰਡੀਨੇਟ ਇਜ਼ ਰਿਕੁਆਇਰਡ ਟੂ ਡਿਸਕ੍ਰਾਈਬ ਦਾ ਪੋਜੀਸ਼ਨ ਆਫ ਦਾ ਪਾਰਟੀਕਲ ਇਨ ਦਿਸ ਮੋਸ਼ਨ ਇਹਦੀ ਐਗਜ਼ਾਮਪਲ ਹੈਗੀ ਆ ਮੋਸ਼ਨ ਆਫ ਅ ਵਹੀਕਲ ਔਨ ਅ ਸਟਰੇਟ ਲਾਈਨ ਇੱਕ ਸਟਰੇਟ ਲਾਈਨ 'ਤੇ ਕੋਈ ਵਹੀਕਲ ਮੂਵ ਕਰ ਰਿਹਾ ਕਾਰ ਮੂਵ ਕਰ ਰਹੀ ਹੈ ਕੁਝ ਵੀ ਮੋਸ਼ਨ ਆਫ ਐਨ ਓਬਜੈਕਟ ਡਰੋਪ ਫਰੋਮ ਸਰਟਨ ਹਾਈਟ ਫਰੋਮ ਦਾ ਗਰਾਊਂਡ ਅਸੀਂ ਮੰਨ ਲਓ ਬਾਲ ਆ ਸਾਡੇ ਹੱਥ 'ਚ ਅਸੀਂ ਉਹਨੂੰ ਕਿਸੇ ਹਾਈਟ ਤੋਂ ਡਰੋਪ ਕਰਦੇ ਹਾਂ ਨੀਚੇ ਅਤੇ ਉਹਦੀ ਵੀ ਕਿਹੜੀ ਮੋਸ਼ਨ ਹੋਏਗੀ ਵਨ ਡਿਮੈਂਸ਼ਨਲ ਮੋਸ਼ਨ ਹੋਗੀ ਕਿਉਂਕਿ ਉਹਦੀ ਪੋਜੀਸ਼ਨ ਫਾਈਂਡ ਕਰਨੀ ਸਾਨੂੰ ਇੱਕੋ ਕੋਆਰਡੀਨੇਟ ਚਾਹੀਦਾ ਨੈਕਸਟ ਇਜ਼ ਮੋਸ਼ਨ ਇਨ 2 ਡਾਇਮੈਂਸ਼ਨ So the motion of body is said to be two-dimensional or two-dimensional motion if it moves. So ਇਹਦੇ ਵਿੱਚ ਮੈਂ ਤੁਹਾਨੂੰ ਸਿੱਧਾ ਦੱਸ ਦਿੰਦਾ ਕਿ ਇਹਦੇ ਵਿੱਚ ਆਪਾਂ ਨੂੰ 2 ਕੋਆਰਡੀਨੇਟ ਚਾਹੀਦੇ ਆ ਠੀਕ ਆ ਕਿ ਬਾਡੀ ਦੀ ਪੋਜੀਸ਼ਨ ਆਪਾਂ ਸਪੈਸੀਫਾਈ ਕਰਨੀ ਆ ਸਾਨੂੰ 2 ਕੋਆਰਡੀਨੇਟ ਚਾਹੀਦੇ ਆ ਜਾਂ ਐਕਸ ਵਾਈ ਜਾਂ ਵਾਈ ਜੈਡ ਜਾਂ ਜੈਡ ਐਕਸਿਸ ਮੰਨ ਲਓ ਇਹਦੀ ਐਗਜ਼ਾਮਪਲ ਮੈਂ ਲੈਂਦਾ ਕਿ ਇੱਕ ਕੋਈ ਵਾਲ ਦੇ ਉੱਪਰ ਕੋਈ ਪੁਆਇੰਟ ਆ ਠੀਕ ਆ ਉਹ ਪੁਆਇੰਟ ਨੂੰ ਆਪਾਂ ਲੋਕੇਟ ਕਰਨਾ ਸੋ ਆਪਾਂ ਨੂੰ ਕਿੰਨੇ ਐਕਸਿਸ ਚਾਹੀਦੇ ਆ ਇੱਕ ਐਕਸ ਚਾਹੀਦਾ ਇੱਕ ਵਾਈ ਚਾਹੀਦਾ ਆਹ ਦੇਖੋ ਜਿਵੇਂ ਲਿਖਿਆ ਮੋਸ਼ਨ ਆਫ ਐਨ ਇਨਸੈਕਟ ਔਨ ਏ ਫਲੋਰ ਫਲੋਰ ਦੇ ਉੱਪਰ ਮੋਸ਼ਨ ਆਪਾਂ ਅਸੀਂ ਇਨਸੈਕਟ ਦੀ ਪੋਜੀਸ਼ਨ ਦੱਸਣੀ ਹੈ ਕਿ ਇਨਸੈਕਟ ਕਿੱਥੇ ਆ ਫਲੋਰ ਦੇ ਉੱਪਰ ਮੰਨ ਲਓ ਠੀਕ ਆ ਅਸੀਂ ਆਪਣੇ ਰੂਮ ਦਾ ਇੱਕ ਕੋਰਨਰ ਤੋਂ ਉਹਦੀ ਪੋਜੀਸ਼ਨ ਜੇ ਸਪੈਸੀਫਾਈ ਕਰਨੀ ਹੈ ਅਤੇ ਸਾਨੂੰ ਕੀ ਪਤਾ ਹੋਣਾ ਚਾਹੀਦਾ 2 ਕੋਆਰਡੀਨੇਟ ਪਤਾ ਹੋਣਾ ਚਾਹੀਦੇ ਇੱਕ ਐਕਸ ਐਕਸਿਸ ਅਤੇ ਇੱਕ ਵਾਈ ਐਕਸਿਸ ਜਿਵੇਂ ਗ੍ਰਾਫ ਦੇ ਵਿੱਚ ਕਰ ਚੁੱਕੇ ਹਾਂ ਨੈਕਸਟ ਇਜ਼ 3 ਡਾਇਮੈਂਸ਼ਨ ਸੋ 3 ਡਾਇਮੈਂਸ਼ਨਲ ਮੋਸ਼ਨ ਉਹ ਹੈਗੀ ਆ ਜਿਹਦੇ ਵਿੱਚ ਸਾਨੂੰ ਕਿਸੇ ਬਾਡੀ ਦੀ ਪੋਜੀਸ਼ਨ ਫਾਈਂਡ ਕਰਨ ਲਈ 3 ਕੋਆਰਡੀਨੇਟ ਚਾਹੀਦੇ ਨੇ ਮਤਲਬ ਐਕਸ ਵਾਈ ਅਤੇ ਜੈਡ ਫੋਰ ਐਗਜ਼ਾਮਪਲ ਕਿ ਜਿਵੇਂ ਮੋਸ਼ਨ ਆਫ ਕਾਈਟ ਆ ਕਾਈਟ ਫਲਾਈ ਕਰ ਰਹੀ ਆ ਸਕਾਈ ਦੇ ਵਿੱਚ ਸੋ ਹੁਣ ਉਹਦੀ ਪੋਜੀਸ਼ਨ ਫਾਈਂਡ ਕਰਨੀ ਆ ਸਾਨੂੰ ਕਿੰਨੇ ਐਕਸਿਸ ਚਾਹੀਦੇ ਆ 3 ਐਕਸ ਵਾਈ ਅਤੇ ਜੈਡ ਹੋਰ ਐਗਜ਼ਾਮਪਲ ਕਿਹੜੀ ਹੈਗੀ ਆ ਮੋਸ਼ਨ ਆਫ ਏ ਫਲਾਇੰਗ ਬਰਡ ਠੀਕ ਹੈ ਜੀ ਕੋਈ ਬਰਡ ਫਲਾਈ ਕਰ ਰਿਹਾ ਉਹਦੀ ਆਪਾਂ ਪੋਜੀਸ਼ਨ ਫਾਈਂਡ ਕਰਨੀ ਆ ਸਾਨੂੰ ਕਿੰਨੇ ਐਕਸਿਸ ਚਾਹੀਦੇ ਆ 3 XY and Z. Thank you. Students, today we will discuss about the reference point and one-dimensional, two-dimensional and three-dimensional motion. So, ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਰੈਫਰੈਂਸ ਪੁਆਇੰਟ ਅਸੀਂ ਜਿਹੜੇ ਪੁਆਇੰਟ ਤੋਂ ਕਿਸੇ ਬਾਡੀ ਦੀ ਪੋਜੀਸ਼ਨ ਫਾਈਂਡ ਕਰ ਰਹੇ ਹਾਂ ਉਹਨੂੰ ਕਹਿੰਦੇ ਆਪਾਂ ਰੈਫਰੈਂਸ ਪੁਆਇੰਟ ਫੋਰ ਐਗਜ਼ਾਮਪਲ ਕਿ ਅਸੀਂ ਆਪਣੇ ਘਰ ਤੋਂ ਸਕੂਲ ਦਾ ਡਿਸਟੈਂਸ ਮੇਜ਼ਰ ਕਰਨਾ ਅਸੀਂ ਕਹਿੰਦੇ ਹਾਂ ਕਿ ਸਾਡੇ ਹੋਮ ਤੋਂ ਸਕੂਲ ਦਾ ਡਿਸਟੈਂਸ ਹੈਗਾ ਜੀ 2 ਕਿਲੋਮੀਟਰ ਸੋ ਇੱਥੇ ਹੀ ਸਕੂਲ ਦੀ ਲੋਕੇਸ਼ਨ ਫਾਈਂਡ ਕਰ ਰਹੇ ਹਾਂ ਆਪਣੇ ਹੋਮ ਤੋਂ ਆਪਣਾ ਹੋਮ ਕੀ ਹੋਏਗਾ ਰੈਫਰੈਂਸ ਪੁਆਇੰਟ ਹੁਣ ਇਹਦੇ ਵਿੱਚ ਵੀ ਐਗਜ਼ਾਮਪਲ ਆਪਾਂ ਲਈਏ ਇੱਕ ਲੈਟ ਅਸ ਅਸਿਊਮ ਦੈਟ ਅ ਸਕੂਲ ਇਨ ਅ ਵਿਲੇਜ ਇਜ਼ 2 ਕਿਲੋਮੀਟਰ ਨੌਰਥ ਆਫ ਦਾ ਰੇਲਵੇ ਸਟੇਸ਼ਨ ਸੋ ਅਸੀਂ ਉਹਦੀ ਸਕੂਲ ਦੀ ਪੋਜੀਸ਼ਨ ਸਪੈਸੀਫਾਈ ਕਰਤੀ ਉਹਦੀ ਪੋਜੀਸ਼ਨ ਕਿੱਥੋਂ 2 ਕਿਲੋਮੀਟਰ ਆ ਰੇਲਵੇ ਸਟੇਸ਼ਨ ਤੋਂ ਸੋ ਰੇਲਵੇ ਸਟੇਸ਼ਨ ਕੀ ਹੋ ਗਿਆ ਆਪਣਾ ਰੈਫਰੈਂਸ ਪੁਆਇੰਟ ਨੈਕਸਟ ਇਜ਼ ਵਨ ਡਿਮੈਂਸ਼ਨਲ ਮੋਸ਼ਨ The motion of a body is said to be in one dimension or one dimensional if it moves along a straight line. देखो कोई भी body है जी straight line दे long move करती है वो motion आप की करवाएंगे कि motion हैगी one dimensional. हूँ ये object की जो position find करनी है तो सूँ एको position coordinate चाहिए आप एक्सिस किए हैं एक्स एक्सिस वाई एक्सिस जैड एक्सिस सो ये body या एक्स एक्सिस का long move करेगी जी दे long या जैड दे long. सो ये example हैगी ਦੇਖੋ ਓਨਲੀ ਵਨ ਪੋਜੀਸ਼ਨ ਕੋਆਰਡੀਨੇਟ ਇਜ਼ ਰਿਕੁਆਇਰਡ ਟੂ ਡਿਸਕ੍ਰਾਈਬ ਦਾ ਪੋਜੀਸ਼ਨ ਆਫ ਦਾ ਪਾਰਟੀਕਲ ਇਨ ਦਿਸ ਮੋਸ਼ਨ ਇਹਦੀ ਐਗਜ਼ਾਮਪਲ ਹੈਗੀ ਆ ਮੋਸ਼ਨ ਆਫ ਅ ਵਹੀਕਲ ਔਨ ਅ ਸਟਰੇਟ ਲਾਈਨ ਇੱਕ ਸਟਰੇਟ ਲਾਈਨ 'ਤੇ ਕੋਈ ਵਹੀਕਲ ਮੂਵ ਕਰ ਰਿਹਾ ਕਾਰ ਮੂਵ ਕਰ ਰਹੀ ਹੈ ਕੁਝ ਵੀ
ਮੋਸ਼ਨ ਆਫ ਐਨ ਓਬਜੈਕਟ ਡਰੋਪ ਫਰੋਮ ਸਰਟਨ ਹਾਈਟ ਫਰੋਮ ਦਾ ਗਰਾਊਂਡ। ਅਸੀਂ ਮੰਨ ਲਓ ਬੋਲ ਆ ਸਾਡੇ ਹੱਥ 'ਚ, ਅਸੀਂ ਉਹਨੂੰ ਕਿਸੇ ਹਾਈਟ ਤੋਂ ਡਰੋਪ ਕਰਦੇ ਹਾਂ ਨੀਚੇ, ਤਾਂ ਉਹਦੀ ਵੀ ਕਿਹੜੀ ਮੋਸ਼ਨ ਹੋਏਗੀ? ਵਨ ਡਿਮੈਂਸ਼ਨਲ ਮੋਸ਼ਨ ਹੋਗੀ, ਕਿਉਂਕਿ ਉਹਦੀ ਪੋਜੀਸ਼ਨ ਫਾਈਂਡ ਕਰਨੀ ਸਾਨੂੰ ਇੱਕੋ ਕੋਆਰਡੀਨੇਟ ਚੀਜ਼ ਦਾ। ਨੈਕਸਟ ਇਜ਼ ਮੋਸ਼ਨ ਇਨ ਟੂ ਡਿਮੈਂਸ਼ਨ। ਸੋ ਦ ਮੋਸ਼ਨ ਆਫ ਬੋਡੀ ਇਜ਼ ਸੈਟ ਟੂ ਬੀ ਟੂ ਡਿਮੈਂਸ਼ਨਲ ਔਰ ਟੂ ਡਿਮੈਂਸ਼ਨਲ ਮੋਸ਼ਨ ਇਫ ਇਟ ਮੂਵਸ। ਸੋ ਇਹਦੇ ਵਿੱਚ ਮੈਂ ਤੁਹਾਨੂੰ ਸਿੱਧਾ ਦੱਸ ਦਿੰਦਾ ਕਿ ਇਹਦੇ ਵਿੱਚ ਆਪਾਂ ਨੂੰ ਦੋ ਕੋਆਰਡੀਨੇਟ ਚਾਹੀਦੇ ਆ, ਠੀਕ ਆ, ਕਿ ਬੋਡੀ ਦੀ ਪੋਜੀਸ਼ਨ ਆਪਾਂ ਸਪੈਸੀਫਾਈ ਕਰਨੀ ਆ, ਸਾਨੂੰ ਦੋ ਕੋਆਰਡੀਨੇਟ ਚਾਹੀਦੇ ਆ, ਜਾਂ ਐਕਸ ਵਾਈ ਜਾਂ ਵਾਈ ਜੈਡ ਜਾਂ ਜੈਡ ਐਕਸਿਸ। ਮੰਨ ਲਓ ਇਹਦੀ ਐਗਜ਼ਾਮਪਲ ਮੈਂ ਲੈਂਦਾ ਕਿ ਇੱਕ ਇੱਕ ਕੋਈ ਵਾਲ ਦੇ ਉੱਪਰ ਕੋਈ ਪੁਆਇੰਟ ਆ, ਠੀਕ ਆ, ਉਹ ਪੁਆਇੰਟ ਨੂੰ ਆਪਾਂ ਲੋਕੇਟ ਕਰਨਾ। ਸੋ ਆਪਾਂ ਨੂੰ ਕਿੰਨੇ ਐਕਸਿਸ ਚਾਹੀਦੇ ਆ? ਇੱਕ ਐਕਸ ਚਾਹੀਦਾ, ਇੱਕ ਵਾਈ ਚਾਹੀਦਾ। ਆਹ ਦੇਖੋ ਜਿਵੇਂ ਲਿਖਿਆ ਮੋਸ਼ਨ ਆਫ ਐਨ ਇਨਸੈਕਟ ਔਨ ਏ ਫਲੋਰ, ਫਲੋਰ ਦੇ ਉੱਪਰ ਮੋਸ਼ਨ, ਆਪਾਂ ਅਸੀਂ ਇਨਸੈਕਟ ਦੀ ਪੋਜੀਸ਼ਨ ਦੱਸਣੀ ਹੈ ਕਿ ਇਨਸੈਕਟ ਕਿੱਥੇ ਆ ਫਲੋਰ ਦੇ ਉੱਪਰ, ਮੰਨ ਲਓ, ਠੀਕ ਆ, ਅਸੀਂ ਆਪਣੇ ਰੂਮ ਦਾ ਇੱਕ ਕੋਰਨਰ ਤੋਂ ਉਹਦੀ ਪੋਜੀਸ਼ਨ ਜੇ ਸਪੈਸੀਫਾਈ ਕਰਨੀ ਹੈ, ਤਾਂ ਸਾਨੂੰ ਕੀ ਪਤਾ ਹੋਣਾ ਚਾਹੀਦਾ? ਦੋ ਕੋਆਰਡੀਨੇਟ ਪਤਾ ਹੋਣਾ ਚਾਹੀਦੇ, ਇੱਕ ਐਕਸ ਐਕਸਿਸ ਦਾ ਅਤੇ ਇੱਕ ਵਾਈ ਐਕਸਿਸ, ਜਿਵੇਂ ਗ੍ਰਾਫ ਦੇ ਵਿੱਚ ਕਰ ਚੁੱਕੇ ਹਾਂ। ਨੈਕਸਟ ਇਜ਼ ਥਰੀ ਡਿਮੈਂਸ਼ਨ। ਸੋ ਥਰੀ ਡਿਮੈਂਸ਼ਨਲ ਮੋਸ਼ਨ ਉਹ ਹੈਗੀ ਆ ਜਿਹਦੇ ਵਿੱਚ ਸਾਨੂੰ ਕਿਸੇ ਬੋਡੀ ਦੀ ਪੋਜੀਸ਼ਨ ਫਾਈਂਡ ਕਰਨ ਲਈ ਥਰੀ ਕੋਆਰਡੀਨੇਟ ਚਾਹੀਦੇ ਨੇ, ਮਤਲਬ ਐਕਸ, ਵਾਈ ਅਤੇ ਜੈਡ। ਫੋਰ ਐਗਜ਼ਾਮਪਲ ਕਿ ਜਿਵੇਂ ਮੋਸ਼ਨ ਆਫ ਕਾਈਟ ਆ, ਕਾਈਟ ਫਲਾਈ ਕਰ ਰਹੀ ਆ ਸਕਾਈ ਦੇ ਵਿੱਚ, ਸੋ ਹੁਣ ਉਹਦੀ ਅਸੀਂ ਪੋਜੀਸ਼ਨ ਫਾਈਂਡ ਕਰਨੀ ਆ, ਸਾਨੂੰ ਕਿੰਨੇ ਐਕਸਿਸ ਚਾਹੀਦੇ ਆ? ਥਰੀ, ਐਕਸ, ਵਾਈ ਅਤੇ ਜੈਡ। ਹੋਰ ਐਗਜ਼ਾਮਪਲ ਕਿਹੜੀ ਹੈਗੀ ਆ? ਮੋਸ਼ਨ ਆਫ ਏ ਫਲਾਇੰਗ ਬਰਡ, ਠੀਕ ਹੈ ਜੀ, ਕੋਈ ਬਰਡ ਫਲਾਈ ਕਰ ਰਿਹਾ, ਉਹਦੀ ਆਪਾਂ ਪੋਜੀਸ਼ਨ ਫਾਈਂਡ ਕਰਨੀ, ਸਾਨੂੰ ਕਿੰਨੇ ਐਕਸਿਸ ਚਾਹੀਦੇ ਆ? ਥਰੀ, ਐਕਸ, ਵਾਈ ਐਂਡ ਜੈਡ। ਥੈਂਕ ਯੂ।